ਅਸਲਾਮ ਅਲੈਕਮ ਜੀ ਭਾਅ ਜੀ, ਵੈਲਕਮ ਹੋ ਗਿਆ ਜੀ। ਦੇਖੋ ਜੀ, ਜੇਠ ਦੇ ਵਿੱਚ ਬੱਚੇ ਚੈੱਕ ਕਰਨੇ ਕੋਈ ਸੌਖਾ ਕੰਮ ਆ? ਮੈਂ ਤੁਹਾਨੂੰ ਮਾਂ ਪਿਓ ਦਿਖਾਉਣਾ, ਫਿਰ ਤੁਹਾਨੂੰ ਖੁਦ ਹੀ ਅੰਦਾਜ਼ਾ ਹੋ ਜਾਏਗਾ ਜੀ। ਮਾਸ਼ਾਅੱਲਾ ਇਹਨੇ ਫਿਰ ਬੱਚਾ ਕੱਢਿਆ ਵਾ ਆ ਭਾਅ ਜੀ ਇੱਕ। ਹਾਂਜੀ, ਇਹ ਜੋੜਾ ਤਾਂ ਤੁਹਾਨੂੰ ਮੈਂ ਸ਼ੌਕ ਕਰਨ ਲੱਗਾ ਵਾਂ, ਅਬਦੁਲ ਅਦਿੱਥੇ ਆ ਇਹਦਾ ਬੱਚਾ ਜਨਾਬ। ਅੱਜ ਮਾਸ਼ਾਅੱਲਾ ਛੱਡਿਆ ਸੀਗਾ ਅਤੇ ਬੜਾ ਅੱਛਾ, ਅੱਜ ਦੋ ਦਿਨਾਂ ਬਾਅਦ ਖੋਲ੍ਹਿਆ, ਬੜਾ ਅੱਛਾ। ਸਵੇਰੇ ਭਾਈ ਫਿਰ ਕੇ ਪੂਰਾ ਇਲਾਕਾ ਤਕਰੀਬਨ 2-2.5 ਘੰਟੇ ਫਿਰ ਕੇ ਆਇਆ। ਖੁਸ਼ੀ ਹੁੰਦੀ ਇੱਦਾਂ ਦੀਆਂ ਚੀਜ਼ਾਂ ਦੀ। ਇਹ ਕਬੂਤਰ ਜਿਹੜਾ ਮੈਂ ਦੋਸਤਾਂ ਨੂੰ ਕਹਿੰਦਾ, ਇਹ ਮਾਦੀ ਆ ਜੀ, ਦੋ ਪਰ ਕਰੋ ਪਹਿਲੇ ਦੋ ਪਰ। ਮੈਂ ਕਿਹਾ ਜੀ ਖਰੀਦ ਲਓ ਖਰੀਦ ਲਓ, ਦੋਸਤਾਂ ਨੇ ਲਿਆ ਨਹੀਂ ਜੋੜਾ, ਮੈਂ ਜੋੜੇ ਲਾ ਕੇ ਬੱਚੇ ਕਢਾ ਲਏ। ਇਹਦੀਆਂ ਗਰੰਟੀਆਂ ਮੈਨੂੰ ਜਿਹੜੇ ਬੰਦੇ ਘਰੋਂ ਆਇਆ ਸੀ ਉਹ ਵੀ ਦਿੰਦੇ ਸੀ। ਬਸ ਬਸ ਕੰਮ ਕਰੋ ਕੰਮ ਕਰੋ। ਇਹ ਦੇਖੋ ਭਾਅ ਜੀ, ਇਹ ਤੁਹਾਨੂੰ ਹੁਣ ਜੋੜੇ ਦੇ ਪਰ ਦੇਖੋ, ਤੁਹਾਨੂੰ ਅੰਦਾਜ਼ਾ ਹੋ ਜਾਏਗਾ ਜੀ। ਇਹ ਦੇਖੋ ਮਾਦੀ, ਅੱਛਾ ਇਹਦੇ ਪਰਾਂ 'ਚ ਇਹ ਦੇਖੋ, ਇਹ ਜ਼ਖਮ ਜਿਹਾ ਹੋਇਆ ਸੀ ਲੇਕਿਨ ਖੁਸ਼ਕ ਹੁੰਦੇ ਆ, ਇਸ ਲਈ ਇਹਨੂੰ ਮੈਂ ਛੇੜਨ ਨਹੀਂ ਦਿਆਂ। ਇਹ ਚੱਕਰ ਇਹ ਬਰੀਕ ਤੀਲੀਆਂ ਵਾਲੇ ਪਰ, ਇਹ ਉਹਨਾਂ ਦਾ ਮਾਂ ਪਿਓ ਆ ਜੀ। ਦੇਖੋ ਤੇਜ਼ ਪਰਾਂ ਵਾਲੀ ਮਾਦੀ, ਇੱਦਾਂ ਦੇ ਜੋੜੇ ਮੈਂ ਬਣਾਉਂਦਾ ਔਰ ਇੱਦਾਂ ਦੇ ਦੋਸਤਾਂ ਨੂੰ ਮੈਂ ਦਿੰਦਾ ਵਾਂ। ਇਹ ਕੜੀ ਪਾਈ ਇਹਦੇ 7 ਨੰਬਰ ਅਤੇ 48 ਨੰਬਰ ਜਨਾਬ। ਇਹ ਇੱਕ ਦੋਸਤ ਵੱਲੋਂ ਆਇਆ ਸੀਗਾ, ਮੈਂ ਅਗਲੇ ਦਿਨ ਦੋਸਤਾਂ ਨੂੰ ਕਿਹਾ ਡੱਬ ਵਾਲਾ ਜੋੜਾ ਮੇਰੇ ਕੋਲ ਕਸੂਰੀ ਬੜਾ ਚੰਗਾ ਲੈ ਲਓ, ਇਹਨੇ ਫਿਰ ਵੀ ਬੱਚੇ ਗਾਂਹ ਵੀ ਕੱਢੇ। ਮੈਂ ਤੁਹਾਨੂੰ ਨਰਦ ਹੁੰਦਾ ਜਨਾਬ, ਇੱਕ ਬੱਚਾ ਵੱਡਾ ਅਤੇ ਇੱਕ ਬੱਚਾ ਛੋਟਾ, ਐਸੇ ਜੋੜੇ ਦਾ। ਹੁਣ ਇਸ ਬੱਚੇ ਨੂੰ ਉੱਥੇ ਸ਼ਿਫਟ ਕਰਨਾ ਜਿੱਥੇ ਦੇ ਸਾਈਜ਼ ਦਾ ਬੱਚਾ ਹੋਵੇ, ਠੀਕ ਹੈ ਜੀ। ਇੱਧਰ ਆ ਇੱਥੇ, ਅਤੇ ਆ ਚੈੱਕ ਕਰੋ ਭਾਅ ਜੀ, ਐਸੇ ਕਬੂਤਰੀ ਦਾ ਵਾਹ ਜਿਹਦਾ ਅੱਜ ਬੱਚਾ ਮੈਂ ਛੱਡਿਆ ਅਤੇ ਉਡਾਇਆ ਮਾਸ਼ਾਅੱਲਾ। ਇਹ ਚੈੱਕ ਕਰੋ, ਔਰ ਵੀਡੀਓ ਵੀ ਬਣਾਈ ਜਨਾਬ ਉਸ ਬੱਚੇ ਨੇ ਜਿਹੜੀ ਮਾਸ਼ਾਅੱਲਾ ਕਾਰਕਰਦਗੀ ਕੀਤੀ। ਇਹ ਲਾਲ ਅੱਖ ਦਾ ਜਾਲਦਾਰ ਕਬੂਤਰ, ਇਹ ਜਾ ਕਰੋ। ਇਹ ਜਦੋਂ ਮੈਂ ਲੈ ਗਿਆ ਸੀ ਉਹਨੂੰ ਉਦੋਂ ਹੀ ਬੰਦੇ ਨੇ ਬੜੀਆਂ ਗਰੰਟੀਆਂ ਦਿੱਤੀਆਂ, ਮੈਂ ਕਿਹਾ ਲੋਕ ਗਰੰਟੀਆਂ ਦਿੰਦੇ ਲੇਕਿਨ ਹਕੀਕਤ ਨਹੀਂ ਬਣਦੇ। ਇਹ ਦੇਖੋ ਮਾਸ਼ਾਅੱਲਾ, ਇਹ ਇਸੇ ਜੋੜੇ ਦਾ ਬੱਚਾ ਵਾ ਜੀ ਮਾਸ਼ਾਅੱਲਾ। ਅੱਲਾ ਨਜ਼ਰੇ ਵੱਧ ਤੋਂ ਬਚਾਏ, ਬਹੁਤ ਅੱਛਾ ਜੋੜਾ ਵਾ। ਇਹ ਜਾ ਕਰੋ, ਔਰ ਮੈਨੂੰ ਪਰਫਾਰਮੈਂਸ ਵੀ ਗਾਂਹ ਬਹੁਤ ਅੱਛੀ ਹੈ ਬੱਚਾ। ਹੁਣ ਇਹ ਬੱਚੇ ਨੂੰ ਸ਼ਿਫਟ ਕਰਨ ਦਾ ਤਰੀਕਾਕਾਰ ਕੀ ਆ ਜੀ? ਇਹ ਦੇਖੋ ਜੀ, ਅੱਗੇ ਇੱਕੋ ਸਾਈਜ਼ ਦੇ ਬੱਚੇ 3 ਸ਼ਿਫਟ ਇੱਥੇ ਕੀਤੇ, ਇਹਦਾ ਮਤਲਬ 3 ਬੱਚੇ ਪਾਲਣ ਦਿਆ, ਇੱਥੇ ਨਹੀਂ ਅਸੀਂ ਛੱਡਣਾ। ਰੈੱਡ ਰੋਜ਼ ਕੇ ਖਾਣੇ ਮੈਂ ਚੈੱਕ ਕਰੋ ਜ਼ਰਾ ਆਪ ਜਾ ਕੇ। ਇਹ ਦੇਖੋ ਇਹਦਾ ਬੱਚਾ ਵੱਡਾ ਵਾ, ਅਸੀਂ ਇੱਥੇ ਵੀ ਨਹੀਂ ਛੱਡ ਸਕਦੇ ਹੈਗੇ, ਇਹ ਅੱਗੇ ਇੱਕ ਪਾਲਣ ਦਿਆ ਵਾ। ਹੁਣ ਜਿੱਥੇ ਇਹਦੇ ਸਾਈਜ਼ ਦਾ ਬੱਚਾ ਹੋਇਆ ਉੱਥੇ ਆਪਾਂ ਰੱਖ ਦੇਣਾ ਵਾ। ਇਹ ਦੇਖੋ 2 ਹੈ ਨਾ, ਕੋਈ ਬਾਤ ਨਹੀਂ। ਇਹ ਦੇਖੋ ਜੀ, ਇਹ ਇਸੇ ਸਾਈਜ਼ ਦਾ ਬੱਚਾ ਜੀ ਇੱਥੇ ਰੱਖਦਾ ਸੀ। ਇਹ ਚੱਕ ਲਓ, ਇੱਥੇ ਵੀ 3 ਹੋ ਗਏ, ਠੀਕ ਹੈ। ਅੰਡੇ ਦੀਏ ਉਸਨੇ, ਹਾਂ ਤੂੰ ਅੰਡੇ ਨਹੀਂ ਦੀਏ ਤੋ ਹਮ ਕੈਸੇ ਨਿਕਾਲਨੇ ਉਸਕੋ, ਬਸ ਰਹਿੰਦੇ ਤੂੰ ਉਸਕੋ ਨਹੀਂ ਨਿਕਾਲਨਾ, ਠੀਕ ਹੈ ਭਾਅ ਜੀ। ਇੱਦਾਂ ਫਿਰ ਬੱਚੇ ਜਿਹੜੇ ਆ ਐਡਜਸਟਮੈਂਟ ਕਰ ਲਈਦੇ ਹੁੰਦੇ ਆ ਸਰਕਾਰ। ਅਬਦੁਲ ਅਦੀਆ ਫੜ ਦੇਣਾ, ਇੱਧਰ ਆ ਦੇਣਾ। ਇਹ ਦੇਖੋ ਜੀ, ਇਹ ਆ ਮੈਂ ਤੁਹਾਨੂੰ ਭਾਅ ਜੀ ਜੋੜੇ ਦਾ ਸ਼ੌਕ ਕਰਾਉਣ ਲੱਗਾ ਜੀ। ਇਹ ਜੀ ਜੋੜਾ ਸੀਗਾ ਇੱਕ ਮੈਨੂੰ ਆਇਆ, ਮੈਂ ਤਾਂ ਫੋਨ ਕਰਕੇ ਫੜ ਲਾ, ਫਿਰ ਤਾਂ ਹੋ ਗਿਆ ਸ਼ੌਕ ਕਰਾਉਣਾ। ਉਹ ਛੁੱਪਦਾ ਕਿੱਥੇ ਗਿਆ ਜੀ? ਉਹ ਅੰਦਰ ਗਿਆ। ਸਾਰੇ ਇਹ ਦੇਖੋ ਬੜੀਆਂ ਧੂੰਆਂ ਸੀਗੀਆਂ। ਇਹ ਫਰੀਦ ਭਾਈ ਕੈਨੇਡਾ ਵਾਲੇ, ਉਹਨਾਂ ਨੇ ਮੈਨੂੰ ਸ਼ਾਲਕੋਟੀ ਇੱਕ ਜੋੜਾ ਦਿੱਤਾ ਸੀਗਾ ਜੀ। ਇਹ ਬੜੀਆਂ ਸੀਗੀਆਂ ਜੀ, ਇਹਦੇ ਬੱਚੇ ਬੜੇ ਉੱਡਦੇ, ਕਾਂ ਇਹਨਾਂ ਦੇ ਪੱਠੀਆਂ ਪੱਠੇ ਜੋੜਿਆਂ 'ਚ ਪਾਏ ਸੀ, ਜਿਹਨਾਂ ਦੇ ਰਿਜ਼ਲਟ ਸ਼ਾਮ ਸ਼ਾਮ ਤੱਕ ਆ ਰਹੇ ਸੀ ਉਹਨਾਂ ਦੇ ਕੋਲ। ਇਹ ਵੱਡਾ ਜੋੜਾ ਫਿਰ ਉਹਨਾਂ ਨੇ ਮੈਨੂੰ ਦੇ ਦਿੱਤਾ ਸੀਗਾ, ਬੱਚੇ ਕਾਫੀ ਹੋ ਗਏ ਸੀਗੇ। ਮਾਦੀਆਂ ਬੜੀਆਂ ਸੀ ਨਿਕਲੀਆਂ ਇਹਦਾ ਇਸ ਜੋੜੇ ਦੀਆਂ, ਜਾਂ 2 ਮਾਦੀਆਂ ਕੱਢਦੇ ਜਾਂ 2 ਨਰ ਕੱਢਦੇ। ਇਹ ਕਬੂਤਰ ਆ ਜੀ, ਕਬੂਤਰ ਦੇ ਆਪਣੀ ਜਗ੍ਹਾ 'ਤੇ ਅੱਛਾ ਹੋਏਗਾ,
ਲੇਕਿਨ ਮੈਨੂੰ ਸਰ ਇਹਦੀ ਜਿਹੜੀ ਮਾਦੀ ਹੈ ਨਾ ਉਹ ਬੜੀ ਪਸੰਦ ਆਈ ਭਾਅ ਜੀ। ਇਹ ਦੇਖੋ ਇਹ ਮੈਂ ਅਗਲੇ ਦਿਨ ਭਾਈ ਫਰੀਦ ਕੋ ਕਬੂਤਰ ਲੈ ਗਿਆ, ਉਹਨਾਂ ਨੇ ਮੈਨੂੰ ਦਿੱਤੇ ਜਨਾਬ, ਉਹਦੇ 'ਚ ਵੱਡੇ ਮੇਨ ਜੋੜਾ ਸੀਗਾ ਇੱਕ, ਇਹ ਦੇਖੋ ਠੀਕ ਹੈ, ਇਹ ਦੇਖੋ ਇਹ ਪੰਜੇ ਚੈੱਕ ਕਰੋ ਜ਼ਰਾ ਠੀਕ ਹੈ ਜੀ। ਕੜੀ ਨੰਬਰ ਇਹਨੂੰ ਪਾਈ ਆ ਜੀ, ਇਲੈਵਨ ਨੰਬਰ 11 ਨੰਬਰ ਕੜੀ ਪਾਈ ਆ। ਇਹ ਕਬੂਤਰ ਇਹਦੇ ਨਾਲ ਦੀ ਮੈਂ ਤੁਹਾਨੂੰ ਮਾਦੀ ਦਿਖਾਉਂਦਾ, ਇਹ ਫਿਰਦੀ ਮਾਦੀ ਹੈ ਜੀ। ਔਰ ਮੈਨੂੰ ਇਹ ਵੀ ਸ਼ੱਕ ਪੈਂਦੀ ਹੈ ਮਾਦੀ ਵੀ ਕਿਸੇ ਦੌਰ 'ਚ ਹੈ ਨਾ, ਉਹਨਾਂ ਨੇ ਮੇਰੇ ਕੋਲ ਕਾਫੀ ਮਹਿੰਗੀ ਖਰੀਦੀ ਸੀਗੀ, ਮਾਦੀ ਵੀ ਮੇਰੇ ਘਰੋਂ ਗਈ ਹੈ ਮੈਨੂੰ ਲੱਗਦਾ ਅਜੇ ਤਾਂ। ਬਾਕੀ ਉਹਨਾਂ ਨੂੰ ਪੁੱਛੂੰਗਾ ਵੀ ਇਹ ਮਾਦੀ ਉਹ ਹੀ ਹੈ ਨਾ ਚੂਹੀ ਮਾਦੀ, ਕਿਉਂਕਿ ਉਸ ਮਾਦੀ ਨੇ ਮੇਰੇ ਕੋਲ ਬੜਾ ਰਿਜ਼ਲਟ ਦਿੱਤਾ ਸੀ, ਫਿਰ ਮੈਂ ਮਾਦੀ ਹੈ ਨਾ ਦੇ ਦਿੱਤੀ ਸੀ ਇਹਨਾਂ ਨੂੰ। ਇਹ ਚੈੱਕ ਕਰੋ ਸਰ ਬੜਾ ਰਿਜ਼ਲਟ ਇਸ ਮਾਦੀ ਦਾ ਯਾਰ, ਉਹਨਾਂ ਦੇ ਕੋਲ ਵੀ ਹੁਣ ਪੱਠੀਆਂ ਪੱਠੇ ਦੇ ਗਾਂਹ ਜੋੜਿਆਂ ਪੈ ਕੇ ਉੱਡ ਉੱਡ ਕੇ ਦਿਖਾਇਆ ਉਹਨਾਂ ਨੇ ਜਨਾਬ, ਮਾਸ਼ਾਅੱਲਾ। ਕੰਮ ਕਰੋ ਬੇਟੇ, ਇਹ ਚੈੱਕ ਕਰਿਓ ਮਾਦੀ ਦੇ ਪੱਲੇ, ਇਹ ਲਓ ਦੇਖੋ ਨਾ ਲੈਂਥਾਂ ਦੇ ਮਾਦੀ ਦੇ ਪੱਲੇ, ਇਹ ਲਓ ਮੋਬਾਈਲ ਨਾ ਹਿਲਾ, ਮੋਬਾਈਲ ਨਾ ਹਿਲਾ, ਹੈਲੋ ਆਹ ਜਿਹੜਾ ਇਹ ਦੇਖੋ ਇਹ ਹੁਣ ਰਿਜ਼ਲਟ ਵਾਲੇ ਜੋੜੇ, ਹੁਣ ਉਹਨਾਂ ਨੇ ਕਹਿ ਤਾ ਇਹਦਾ ਰਿਜ਼ਲਟ ਬਹੁਤ, ਹੁਣ ਜਿੰਨੇ ਦੇਰ ਮੈਂ ਚੈੱਕ ਨਾ ਕੀਤਾ ਉਨੀ ਦੇਰ ਮੈਨੂੰ ਤਸੱਲੀ ਨਹੀਂ ਹੋਣੀ ਭਾਅ ਜੀ। ਇਹੀ ਗੱਲ ਮੈਂ ਦੋਸਤਾਂ ਨੂੰ ਕਹਿੰਦਾ ਹੁੰਦਾ ਠੀਕ ਆ, ਮੈਂ ਆਪਣੀ ਤਸੱਲੀ ਕਰਦਾ, ਚਾਹੇ ਕੋਈ ਵੀ ਵੱਡੇ ਤੋਂ ਵੱਡਾ ਉਸਤਾਦ ਵੀ ਕਹੇ ਨਾ ਇਹਦਾ ਰਿਜ਼ਲਟ ਬਹੁਤ, ਮੈਂ ਚੈੱਕ ਲਾਜ਼ਮੀ ਕਰਨਾ ਹੁੰਦਾ। ਇਹ ਕਬੂਤਰ ਇਹ ਕਬੂਤਰੀ ਜੋੜਾ ਲੱਗਾ ਭਾਈ ਜਾਨ ਠੀਕ ਹੈ ਨਾ, ਅਤੇ ਲਓ ਭਾਈ ਜਾਨ। ਅੱਛਾ ਦੋਸਤ ਮੈਨੂੰ ਪੁੱਛਦੇ ਸਾਖੀ ਭਾਈ ਕਬੂਤਰ ਤੂੰ ਵੇਚਦਾ ਵਾ, ਮੈਂ ਕਿਹਾ ਯਾਰ ਮੈਂ ਇੰਨਾ ਕਬੂਤਰ ਰੱਖ ਸਕਾਂ ਤਾਂ ਤੁਹਾਡੇ ਲਈ ਲਿਆਉਂਦਾ ਦੋਸਤ, ਜਿਹਦਾ ਸ਼ੌਕ ਹੋਵੇ। ਇਹ ਚਿੱਟਾ ਕਬੂਤਰ ਵਟਸਐਪ ਕੋ ਆਇਆ ਸੀਗਾ ਜੀ, ਕਹਿੰਦੇ ਸੀਗੇ ਤੁਸੀਂ ਨਾਮ ਹੀ ਸੁਣਿਆ ਚਿੱਟੇ ਕਬੂਤਰਾਂ ਦਾ, ਇਹ ਚਿੱਟੇ ਕਬੂਤਰ ਉਹ ਆ ਜਿਹੜੇ ਰਿਜ਼ਲਟ ਦਿੰਦੇ ਆ। ਇਹ ਪੱਕੀਆਂ ਦੇ ਕਬੂਤਰ ਦਾ ਨੂਰ ਦਾ ਝੁਕਾਓ ਦੇਖੋ ਜ਼ਰਾ, ਇਹ ਅਗਲਾ ਦੀ ਦਿਖਾਈ ਜ਼ਰਾ ਇੱਥੇ, ਇਹ ਦੇਖਿਓ ਭਾਅ ਜੀ ਇਹਦਾ ਨੂਰ ਬਿਲਕੁਲ ਅੱਖ ਦੀ ਪਲਕ ਦੇ ਲੱਗ ਗਏ ਆ ਜੀ, ਫਿਰ ਝੁਕਾਓ ਇਹਦਾ ਨੋਕਾਂ ਨੂੰ, ਔਰ ਨੋਕ ਦੇ ਬਿਲਕੁਲ ਇਹ ਚੀਜ਼ ਦੇ ਬਰਾਬਰ ਇਹਦਾ ਨੂਰ ਆ ਜੀ, ਮਾਸ਼ਾਅੱਲਾ। ਚੈੱਕ ਕਰੋ ਇਹ ਵੱਡੇ ਉਸਤਾਦਾਂ ਦੀਆਂ ਕਦੀ ਗੱਲਾਂ ਸੁਣਿਓ, ਤੁਹਾਨੂੰ ਅੰਦਾਜ਼ਾ ਹੋਏਗਾ। ਇਸ ਕਬੂਤਰ ਤੋਂ ਉਹਨਾਂ ਨੇ ਵੀ ਰਿਜ਼ਲਟ ਮੈਨੂੰ ਦੱਸਿਆ ਕਿ ਬਹੁਤ ਜ਼ਿਆਦਾ ਰਿਜ਼ਲਟ ਵਾ, ਚਿੱਟਾ ਵੈਸ਼ੀ ਕਬੂਤਰ ਆ ਠੀਕ ਆ ਭਾਅ ਜੀ, ਨੌਵਾਂ ਦਸਵਾਂ ਪਰ ਇਹਦਾ ਬਰਾਬਰ ਆ ਜੀ ਮਾਸ਼ਾਅੱਲਾ। ਪਰ ਕਬੂਤਰ ਤਾਂ ਸਿਰਫ ਬਾਹਰਲੇ ਪਰਸ ਆ ਨਵੇਂ ਆਉਣ ਵਾਲੇ ਆ, ਕਬੂਤਰ ਬੜਾ ਸ਼ਾਨਦਾਰ ਆ। ਇਹ ਵੀ ਅਗਰ ਕਿਸੇ ਦੋਸਤ ਦੀ ਹੋਵੇ ਨਾ ਹਸਰਤ ਤਾਂ ਕਬੂਤਰ ਚੱਕਰ ਉਹ ਪੰਜੇ ਇਹ ਲੈ ਸਕਦਾ ਜਨਾਬ, ਐਸੀ ਗੱਲ ਕੋਈ ਨਹੀਂ ਹੈਗੀ। ਕੜੀ ਇਹਦੇ ਪਾਈ ਆ 7 ਨੰਬਰ ਭਾਅ ਜੀ, ਇੱਧਰ ਵੀ ਪਾਈ ਆ 7 ਨੰਬਰ ਕੜੀ ਵਾਲਾ ਕਬੂਤਰ ਚਿੱਟਾ ਵੈਸੀ ਕਬੂਤਰ, ਅਗਰ ਕਿਸੇ ਦੀ ਸਮਝ ਆਵੇ ਤਾਂ ਇਹ ਵੀ ਮੇਰਾ ਰਾਬਤਾ ਕਰ ਜਿਓ, ਲੈ ਸਕਦਾ ਐਸੀ ਗੱਲ ਕੋਈ ਨਹੀਂ ਹੈਗੀ। ਮੈਂ ਤਾਬੇਦਾਰ ਸਰ, ਮੇਰਾ ਕੰਮ ਹੀ ਇਹ ਆ ਜੀ ਦੋਸਤਾਂ ਦੇ ਸ਼ੌਕ। ਉਹ ਵਾਲੀ ਜੋ ਮਾਦੀ ਇੰਡੀਅਨ ਸੀ, ਇੰਡੀਅਨ ਮਾਦੀ ਹਾਂ, ਉਹ ਵੀ ਮੈਂ ਦਿਖਾਈ ਸੀ, ਉਹ ਵੀ ਦੇ ਦੇਣੀ ਆ। ਫਿਰ ਸੇ ਦਿਖਾ ਦੋ। ਆ ਭਾਜੀ ਇੱਕ ਕਬੂਤਰ ਆ ਜੀ ਮੇਰੇ ਕੋਲ, ਬਾਬਾ ਜੀ ਅੱਲਾ ਨੂੰ ਪਿਆਰੇ ਹੋ ਗਿਆ ਕਬੂਤਰ, ਮੈਂ ਵੇਚ ਦਿੱਤਾ ਸੀਗਾ। ਇਹ ਕਬੂਤਰ ਵੇਚਿਆ ਜਨਾਬ ਮੈਨੂੰ ਹੋਏ ਸੀਗੇ ਕਿੰਨੇ, 5 ਕੁ ਮਹੀਨੇ ਹੋਏ ਆ ਪਿੱਛੇ ਨੂੰ ਹੋਰ, ਅਤੇ ਮੈਂ ਕਬੂਤਰ ਦਿੱਤਾ ਸੀ 15,000 ਰੁਪਏ ਦਾ ਇਹ ਜਿਹੜਾ ਕਬੂਤਰ। ਅੱਛਾ ਮੈਂ ਬੰਦੇ ਨੂੰ ਵੇਚ ਦਿੱਤਾ ਕਬੂਤਰ ਇਹ ਭਾਈ ਜਾਨ, ਮੇਰੇ ਕੋਲ ਇਹਦਾ ਬੱਚੇ ਸੀਗੇ 2 ਫਿਰ ਦੇ, ਜੌਂ ਸਿਰੇ ਕੱਢੇ, ਜੌਂ ਸਿਰੀ ਮਾਦੀ ਲੱਗੀ ਸੀ ਮੇਰੇ ਨਾਲ। ਉਹ ਭਾਜੀ ਹੁਣ ਬੱਚੇ ਭੇਜੇ ਜਨਾਬ ਦੋਸਤਾਂ ਨੂੰ, ਉਹ ਮਤਲਬ ਕਿ ਸਾਰ ਕੀਤੇ 10 ਪਰ ਸਾਫ਼ ਹੋ ਗਏ ਬੱਚਿਆਂ ਨੇ, ਆ ਜੇਠ ਦੇ ਵਿੱਚ ਪਰਫਾਰਮੈਂਸ ਦਿੱਤੀ 2 ਬੱਚੇ, ਇੱਕ ਘਰ ਦੇ ਵਿੱਚ 3 ਤੋਂ ਬਾਅਦ ਸਾਰੀਆਂ ਪਰਵਾਜ਼ਾਂ ਦਿੱਤੀਆਂ 10 ਪਰ ਸਾਫ਼ ਕਰਕੇ, ਇੱਕ ਬੱਚੇ ਨੇ ਦੂਸਰੇ ਘਰ ਦੇ ਵਿੱਚ ਉਹਨੇ ਵੀ 3 ਵਜੇ ਤੋਂ ਬਾਅਦ ਦੀਆਂ ਪਰਵਾਜ਼ਾਂ ਦਿੱਤੀਆਂ। ਬੰਦੇ ਮੈਨੂੰ ਮੰਗਣ ਯਾਰ ਸਾਖੀ ਭਾਈ ਤੇਰੀ ਆਹ ਮਤਲਬ ਕਿ ਆ ਦੇਖੋ ਮੈਂ 67 ਨੰਬਰ ਕੜੀ ਪਾਈ ਸੀ, 67 ਨੰਬਰ ਦਾ ਯਾਰ ਬੱਚਾ ਦੇ, 67 ਨੰਬਰ ਦਾ ਬੱਚਾ ਦੇ, ਆ ਬਾਬੇ ਦੇ ਘਰੋਂ ਆਏ, ਬਾਬਾ ਫੋਤ ਹੋ ਗਿਆ, ਇਹ ਚਾਂਦੀ ਦੀ ਕੜੀ ਪਾਈ ਆ ਸਿਲਵਰ ਤਾਂਬੇ ਦੀ ਠੀਕ ਆ ਜੀ। ਯਾਰ ਮੈਂ ਆ ਕੇ ਲੱਭਾਂ ਮੈਨੂੰ ਕਬੂਤਰੀ ਲੱਭ ਗਈ, ਕਬੂਤਰ ਨਾ ਲੱਭੇ, ਫਿਰ ਮੈਨੂੰ ਯਾਦ ਹੈ ਇੱਕ ਬੰਦੇ ਨੂੰ ਮੈਂ ਦਿੱਤਾ ਸੀ, ਮੈਨੂੰ ਰਾਬਤਾ ਕੀਤਾ, ਮੈਂ ਕਿਹਾ ਭਾਅ ਜੀ ਜ਼ੀਰਾ ਜਿਹਾ ਕਬੂਤਰ ਤੁਹਾਨੂੰ ਇੱਕ ਵੇਚਿਆ ਸੀਗਾ ਅਤੇ ਹੈਗਾ ਤੁਹਾਡੇ ਕੋਲ, ਕਹਿੰਦਾ ਯਾਰ ਮੈਂ 2-4 ਝੋਲੀਆਂ ਲਾਈਆਂ ਪਰ ਮਾਦੀ ਮਰ ਗਈ ਅਤੇ ਕਬੂਤਰ ਮੇਰੇ ਕੋਲ ਵਿਹਲਾ ਫਿਰਦਾ, ਮੈਂ ਕਿਹਾ ਵੇਚਣੇ, ਕਹਿੰਦਾ ਵੇਚ ਦਿਉ, ਮੈਂ ਕਿੰਨੇ ਪੈਸੇ ਲੈਣੇ ਆ, ਕਹਿੰਦਾ ਤੂੰ ਕਿੰਨੇ ਦਿੰਦਾ,
ਤੇ ਇੱਕੋ ਮੈਂ 15,000 ਦਾ ਲਿਆ। ਮੈਂ ਕਿਹਾ ਭਾਜੀ 15 ਦਾ ਲਿਆ, ਤੁਸੀਂ ਦੱਸੋ ਹੁਣ ਕਿੰਨੇ ਪੈਸੇ ਦਾ? ਕਹਿੰਦਾ 10,000 ਦੇ ਦੇ। ਮੈਂ ਕਿਹਾ ਭਾਜੀ 8,000 ਦੇਵਾਂ? ਕਹਿੰਦਾ ਚੱਲ ਯਾਰ 8,000 ਹੀ ਦੇ ਦੇ। ਮੈਂ ਉਸ ਬੰਦੇ ਨੂੰ 8,000 ਰੁਪਈਆ ਦੇ ਗਿਆ, ਕਬੂਤਰ ਵਾਪਸ ਲੈ ਲਿਆ ਜਨਾਬ। ਠੀਕ ਹੈ ਭਾਜੀ, ਦੇਖੋ ਮੈਂ ਜ਼ਿਆਦਾ ਨਹੀਂ ਕੀਤੀ, ਉਹਨਾਂ ਕੋਲ ਪੁੱਛ ਕੇ ਲਿਆ ਵਾ ਜ਼ਬਰਦਸਤੀ, ਤਾਂ ਮੈਂ ਲਿਆ ਨੇ ਯਾਰ। ਇੱਧਰ ਮੋਬਾਈਲ ਵੱਲ ਧਿਆਨ ਕਰਤਾ, ਵਿੱਚੋਂ ਦੀ ਮੋਬਾਈਲ ਦੇ ਸਿੱਧੀ ਵੀਡੀਓ ਸਹੀ ਬਣਾ। ਆਹ ਚੈੱਕ ਕਰੋ ਜ਼ਰਾ ਕਬੂਤਰ, ਇਹ ਦੇਖੋ ਭਾਜੀ 9/10 ਪਰ ਬਰਾਬਰ। ਇਹ ਦੇਖੋ ਇਹਦੀਆਂ ਕਰਵਾਂ ਬਣਦੀਆਂ। ਇਹ ਬਾਬਾ ਜੀ ਇਹਨਾਂ ਨੂੰ ਪਿਆਰੇ ਹੋ ਗਏ ਜਨਾਬ। ਉਹਨਾਂ ਦੇ ਘਰ ਦਾ ਕਬੂਤਰ ਸੀ, ਦੋ ਸੀਗੇ, ਇੱਕ ਜ਼ੀਰਾ ਮੈਂ ਅਲੀ ਭਾਈ ਨੂੰ ਭੇਜ ਦਿੱਤਾ ਸੀਗਾ ਜਨਾਬ। ਇਹ ਦੇਖੋ 9/10 ਪਰ ਇੱਧਰੋਂ ਵੀ ਬਰਾਬਰ। ਇਹ ਚੈੱਕ ਕਰੋ ਜ਼ੀਰਾ ਕਬੂਤਰ ਭਾਜੀ, ਇਹ ਫਿਰ ਕਬੂਤਰ ਉਹਦੇ ਕੋਲ ਮੈਂ 8,000 ਦਾ ਵਾਪਸ ਲੈ ਲਿਆ ਭਾਈ ਜਾਨ। ਮਾਦੀ ਜਿਹੜੀ ਮੇਰੇ ਕੋਲ ਪਈ ਹੈ, ਮੈਂ ਤੁਹਾਨੂੰ ਮਾਦੀ ਦਾ ਸ਼ੁਕਰ ਹਾਂ। ਇੰਨੇ ਬੱਚੇ ਇਸ ਜੇਠ 2024 ਜਿੱਥੇ ਟੈਂਪਰੇਚਰ ਤੁਹਾਡੇ ਸਾਹਮਣੇ 45-46 ਹੋਇਆ, ਔਰ ਇਨਸ਼ਾਅੱਲਾ ਭਰਾ ਦੋ ਮਠਿਆਈ ਦਾ ਡੱਬਾ ਔਰ ਸੂਟ ਵੀ ਆਏਗਾ ਲਗਾਤਾਰ ਬਾਜੀਆਂ। ਜਿਹੜੇ ਕਬੂਤਰ ਇਹ ਜ਼ੀਰੇ ਕਬੂਤਰ ਦਾ ਬੱਚਾ ਸੀਗਾ ਜਨਾਬ, ਮਾਸ਼ਾਅੱਲਾ। ਇਹ ਭਾਅ ਜੀ ਦੇਖ ਲਓ ਤੁਸੀਂ ਵੀ, 1 ਦਸੰਬਰ 'ਤੇ ਕਰੋ। ਇਹ ਸੀਗਾ ਜੀ ਉਹ ਜ਼ੀਰਾ ਸਾਦਾ ਕਬੂਤਰ, ਜਿਹਦਾ ਬੱਚੇ ਤੁਹਾਨੂੰ ਦੋ ਦਿੱਤੇ ਸੀਗੇ, ਇੱਕ ਹੋਰ ਭਰਾ ਨੂੰ ਤੁਸੀਂ ਦੇ ਦਿੱਤਾ ਸੀ, ਇੱਕ ਤੁਹਾਡੇ ਕੋਲ ਪਿਆ ਸੀਗਾ ਜੀ। ਔਰ ਦੋਨਾਂ ਜਗ੍ਹਾ 'ਤੇ ਮਾਸ਼ਾਅੱਲਾ ਬੱਚੇ ਕਬੂਤਰ ਨੇ ਆਪਣਾ ਲੋਹਿਆ ਮਨਵਾਇਆ। ਇਹਦੇ ਨਾਲ ਜਿਹੜੀ ਮਾਦੀ ਲੱਗੀ ਸੀਗੀ ਸਾਫ਼ ਕਰ ਲਾ, ਚੱਲ ਬਾਅਦ 'ਚ ਕਰ ਲਾਂਗੇ ਖੈਰ। ਜਦੋਂ ਮਾਦੀ ਲੱਗੀ ਉਹ ਮਾਦੀ ਦਾ ਸ਼ੌਕ ਹੋਣਾ ਜੀ। ਇਹ ਦੇਖੋ ਜੀ ਮਾਦੀ ਮੱਖੀ ਬੜੀ ਚਲਾਕ। ਇਹ ਵਾ ਜੀ ਫੈਸਲਾਬਾਦੀ ਜੌਂਸਰੀ ਮਾਦੀ, ਦੇਖੋ ਜੌਂਸਰੀ ਮਾਦੀ ਦੇ ਪੱਲੇ ਬੜੀ ਦੇਰ ਦੀ ਸਾਂਭੀ ਮਾਦੀ ਆ ਜੀ। ਇਹ ਚੈੱਕ ਕਰੋ, ਜਦੋਂ ਅੱਲਾਹ ਤਾਲਾ ਸਾਥ ਦਿੰਦਾ ਫਿਰ ਇੱਦਾਂ ਜੋੜੇ ਵੀ ਬੜੇ ਮੇਨਟੇਨ ਹੁੰਦੇ ਆ। ਇਹ ਸਾਦੀ ਜੀ ਜੌਂਸਰੀ ਮਾਦੀ ਆ ਭਾਜੀ, ਔਰ ਇਹ ਕਬੂਤਰੀ ਦੇ ਆ ਉਦੋਂ ਦੀ ਕੜੀ ਪਾਈ ਆ ਜਦੋਂ ਦੀ ਮਤਲਬ ਕਿ ਮੇਰੇ ਕੋਲ ਇਹ ਕਬੂਤਰੀ ਆਈ ਹੈ। ਇਹ ਕਬੂਤਰੀ ਦੇ ਪੱਲੇ ਆ ਜੀ, ਮਾਸ਼ਾਅੱਲਾ ਸ਼ੌਕ ਕਰੋ। ਇਸ ਕਬੂਤਰੀ ਨਾਲ ਜੋੜੇ ਲੱਗਾ ਸੀ, ਹੁਣ ਦੇਖੋ ਪਹਿਲੀ ਝੋਲੀ ਸੀਗੀ ਅੱਛਾ ਰਿਜ਼ਲਟ ਦਿੱਤਾ, ਹੁਣ ਗਾਂਹ ਝੋਲੀ ਨਿਕਲੇ ਉਹਦੀ ਪਰਫੋਰਮੈਂਸ ਹੁਣ ਚੈੱਕ ਕਰੂੰਗਾ ਤਾਂ ਤੁਹਾਨੂੰ ਦੱਸੂਗਾ। ਇਹ ਨਹੀਂ ਮੈਂ ਕਹਿ ਸਕਦਾ ਵੀ ਇਹ ਹਰ ਵਾਰੀ ਪਤਾ ਨਹੀਂ ਜੇਲ੍ਹ 'ਚ ਹੋ ਸਕਦਾ ਕੋਈ ਵਾਧਾ ਘਾਟਾ ਹੋਵੇ, ਕਬੂਤਰੀ ਕਿਸੇ ਹੋਰ ਕੋਲ ਮਤਲਬ ਕਿ ਟੱਚ ਕਰਾਉਂਦੀ ਰਹੀ ਹੋਵੇ, ਇੱਕ ਬਲੱਡ ਲੈਣ ਬਣ ਗਈ, ਕੀ ਕਰਨ ਦਿਆਂ ਵਾ? ਚੱਲ ਕਰ ਕਲੀਅਰ, ਹਾਂ ਨਾ ਉਂਗਲੀ ਬਾਰ ਬਾਰ ਤੂੰ ਦੱਬਦਾ ਤਾਂ। ਇਹ ਦੇਖੋ ਚਮਕ ਅੱਖ, ਇਹ ਦੇਖੋ ਪਾਣੀ, ਦੇਖੋ ਸਾਰੇ ਇਸ ਕਬੂਤਰੀ, ਬਸ 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 ਇਹ ਵਾ ਜੀ ਹੁਣ ਟੀਕ ਮਾਦੀ ਮਾਸ਼ਾਅੱਲਾ। ਔਰ ਮੈਂ ਵੇਚੀ ਨਹੀਂ, ਇੱਕ ਵਾਰੀ ਸਿਰ ਮੇਰੇ ਇੱਕ ਦੋਸਤ ਦਿਨਾਨ ਭਾਈ ਸੀ, ਉਹਨੂੰ ਪਸੰਦ ਸੀ, ਮੈਂ ਉਹਨੂੰ ਕਹੀ ਲੈ ਲਓ, ਉਹਨਾਂ ਨੇ ਨਹੀਂ ਲਈ, ਫਿਰ ਮੈਂ ਵੇਚੀ ਨਹੀਂ। ਠੀਕ ਹੈ ਜੀ, ਇਹ ਆ ਚੈੱਕ ਕਰੋ ਮਾਦੀ, ਇਹ ਜੌਂਸਰੀ ਮਾਦੀ। ਠੀਕ ਹੈ ਭਾਅ ਜੀ, ਇਹ ਚੈੱਕ ਕਰੋ ਪੰਜੇ, ਇਹ ਪੁਰਾਣੀ ਜਿੱਥੋਂ ਆਈ ਸੀ ਮੈਨੂੰ ਉਹਨਾਂ ਦੇ ਘਰ ਦੀ ਕੜੀ ਪਈ 7 ਨੰਬਰ, ਔਰ ਇਹ 65 ਨੰਬਰ ਮੈਂ ਪਾਈ ਸੀ। ਇਹ ਮਾਦੀ ਹੈ ਜੀ, ਇਸ ਮਾਦੀ ਦੀ ਖਲੋਣੀ ਐਡੀ ਕੁ ਸ਼ਰਾਬੀ ਹੈ ਨਾ ਕਿ ਮੇਰੀ ਕਬੂਤਰਬਾਜੀ ਦੀ ਭੁੱਖ ਰਹਿਤਿਆਂ 'ਤੇ ਜਦੋਂ ਮੈਂ ਮਾਦੀ ਨੂੰ ਖੜੀ ਨੂੰ ਦੇਖਦਾ, ਇਹ ਚੱਕਰ ਅਸਲੇ 'ਚ ਇਹਨੇ ਹੁਣ ਖਲੋਣਾ ਨਹੀਂ ਟੇਕੇ ਇੱਕ ਜਗ੍ਹਾ 'ਤੇ, ਉਹਨੂੰ ਪਤਾ ਲੱਗ ਗਿਆ। ਇਹ ਦੇਖੋ, ਇਹ ਦੇਖੋ, ਇਹ ਆ ਚੱਕਰ, ਇਹ ਲਓ, ਇਹ ਮਾਦੀ ਹੈ ਜੀ। ਇਹ ਨਾਲ ਕਬੂਤਰ ਮੈਂ ਅਸਲੇ ਸੋਚਿਆ ਸੀ ਮੈਂ ਇਹਦੇ ਨਾਲ ਜੋੜਾ ਲਾ ਕੇ ਪੂਰੀ ਮਾਦੀ ਜੋੜਾ ਬਣਾ ਲਵਾਂ। ਇਹ ਚੈੱਕ ਕਰੋ ਜੌਂਸਰੇ ਦਾ, ਇਹ ਦੇਖੋ ਦੋਸਤੋ, ਇਹ ਚੈੱਕ ਕਰੋ ਮਾਸ਼ਾਅੱਲਾ, ਇੱਕੋ ਜਿਹੇ ਇਕੱਠੇ ਹੋ ਗਏ। ਇਸ ਕਬੂਤਰ ਦੇ ਬੱਚੇ ਵੀ ਉੜੇ ਆ ਅਤੇ ਇਸ ਕਬੂਤਰੀ ਦੇ ਵੀ ਬੱਚੇ ਉੜੇ, ਮੈਂ ਕਿਹਾ ਇੱਕੋ ਜਿਹੇ ਜੌਂਸਰੇ ਬਣਾਉਂਦੇ ਆ। ਇਨਸ਼ਾਅੱਲਾ ਲਾਵਾਂਗੇ, ਪਹਿਲੇ ਆ ਜ਼ੀਰੇ ਕਬੂਤਰ ਵਾਲੇ ਬੱਚੇ ਕਢਾ ਲਈਏ, ਚੈੱਕ ਕਰ ਲਈਏ, ਫਿਰ ਲਾਵਾਂਗੇ ਇਹਦੇ ਨਾਲ। ਠੀਕ ਹੋ ਗਿਆ ਨਾ? ਇੱਦਾਂ ਫਿਰ ਦੋਸਤੋ ਚੀਜ਼ਾਂ ਬਣਦੀਆਂ ਵਾ। ਤੇਰਾ ਬੱਚਾ ਕਿੱਥੇ ਗਿਆ? ਤੇਰਾ ਹੈਗਾ ਹਾਲੋ ਜੀ ਭਾਅ ਜੀ, ਇਹ ਚੀਨੇ ਦਾ ਬੱਚਾ ਵੀ ਹੈਗਾ ਮਾਸ਼ਾਅੱਲਾ। ਤੁਹਾਡੇ ਬੱਚੇ ਕਿੱਥੇ ਗਏ? ਬਸ ਠੀਕ ਆ, ਉਹਨਾਂ ਦੇ ਵੀ ਦੋ ਬੱਚੇ ਪਲਾਉਂਦੇ ਮਾਸ਼ਾਅੱਲਾ। ਠੀਕ ਆ ਜੀ, ਤੂੰ ਵੀ ਅੰਡਿਆਂ ਦੇ ਆਏ ਹੋ। ਲਓ ਭਾਅ ਜੀ, ਇਨਸ਼ਾਅੱਲਾ ਦੁਆਵਾਂ ਦੀ ਯਾਦ ਰੱਖਣਾ ਵਾ, ਪਿਜਨ ਪੈਰਲ ਚੈਨਲ ਸਬਸਕ੍ਰਾਈਬ ਕਰਨਾ ਵਾ। ਅੱਲਾ ਹਾਫਿਜ਼, ਜਜ਼ਾਕ ਅੱਲਾ ਜੀ, ਬਹੁਤ ਸ਼ੁਕਰੀਆ ਦੋਸਤੋ, ਅੱਲਾ।